ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਂਗੂ ਦੇ 31 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਵੀ ਵਸਤੂ ਵਿੱਚ ਪਾਣੀ ਜਮ੍ਹਾਂ ਨਾ ਰੱਖਣ ਲਈ ਕਿਹਾ। ਗੁਰਦਾਸਪੁਰ ਵਿੱਚ ਸਿਹਤ ਮਹਿਕਮੇ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਮਨਜਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਮਹਿਕਮੇ ਵੱਲੋਂ ਡੇਂਗੂ ਦੇ 105 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 31 ਪੋਜ਼ਿਟਿਵ ਪਾਏ ਗਏ। ਸਭ ਤੋਂ ਵੱਧ 29 ਮਰੀਜ਼ ਕਸਬਾ ਕਲਾਨੌਰ ਵਿੱਚ ਸਾਹਮਣੇ ਆਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ 'ਤੇ ਵਿਸ਼ੇਸ਼ ਡੇਂਗੂ ਵਾਰਡ ਬਣਾ ਕੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਮੱਛਰ ਤੋਂ ਬਚਣ ਲਈ ਗਮਲਿਆਂ, ਟਾਇਰਾਂ ਅਤੇ ਕੂਲਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਬਰਸਾਤੀ ਮੌਸਮ ਵਿੱਚ ਪੂਰੀ ਸਾਵਧਾਨੀ ਵਰਤੀ ਜਾਵੇ ਤਾਂ ਜੋ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ। ਡੇਂਗੂ ਬੁਖਾਰ ਜਿਹੜਾ ਹੈਗਾ ਹੈ, ਇੱਕ ਮੱਛਰ ਹੈ ਉਸ ਤੋਂ, ਇਹ ਧਾਰੀਆਂ ਵਾਲਾ ਮੱਛਰ ਜਿਹਨੂੰ ਕਹਿੰਦੇ ਆ, ਉਸ ਤੋਂ ਫੈਲਦਾ ਹੈ। ਜੇ ਧਾਰੀਆਂ ਵਾਲਾ ਮੱਛਰ ਇੱਕ ਪੇਸ਼ੈਂਟ ਨੂੰ ਕੱਟਣ ਤੋਂ ਬਾਅਦ ਡੇਂਗੂ ਦਾ ਵਾਇਰਸ ਲੈ ਕੇ ਦੂਸਰੇ ਪੇਸ਼ੈਂਟ 'ਤੇ ਉਸ ਨੂੰ ਬਾਈਟ ਕਰਦਾ ਹੈ ਅਤੇ ਉਸ ਨਾਲ ਇਹ ਵਾਇਰਸ ਫੈਲਦਾ ਹੈ। ਇਸ ਦੇ ਲੱਛਣ ਹਨ ਕਿ ਸਰੀਰ ਬਹੁਤ ਟੁੱਟਦਾ ਭੱਜਦਾ ਹੈ ਅਤੇ ਸੈੱਲ ਘੱਟ ਜਾਂਦੇ ਹਨ। ਜਿਹੜੇ ਸੈੱਲ ਘਟਣ ਦੇ ਨਾਲ, ਪਲੇਟਲੈਟ ਸੈੱਲਸ ਜਿਹੜੇ ਨੇ ਉਹ ਘਟਣ ਦੇ ਨਾਲ ਬਲੀਡਿੰਗ ਦੇ ਚਾਂਸਿਸ ਵੱਧ ਜਾਂਦੇ ਨੇ ਅਤੇ ਪੇਸ਼ੈਂਟ ਕਈ ਵਾਰੀ ਸੀਰੀਅਸ ਹੋ ਜਾਂਦਾ ਹੈ। ਗੁਰਦਾਸਪੁਰ ਜ਼ਿਲ੍ਹੇ 'ਚ 105 ਟੈਸਟ ਹੋਏ ਨੇ ਸਾਡੇ ਕੋਲ ਸਰਕਾਰੀ, ਉਹਦੇ ਵਿੱਚ 31 ਟੈਸਟ ਪੋਜ਼ਿਟਿਵ ਆਏ ਨੇ, ਜਿਨ੍ਹਾਂ 'ਚੋਂ 29 ਜਿਹੜੇ ਹੈਗੇ ਆ ਉਹ ਕਲਾਨੌਰ ਏਰੀਆ ਦੇ ਪੋਜ਼ਿਟਿਵ ਨੇ, 2-3 ਗੁਰਦਾਸਪੁਰ ਦੇ ਪੋਜ਼ਿਟਿਵ ਆਏ। ਸਾਡੇ ਵੱਲੋਂ ਗੁਰਦਾਸਪੁਰ ਸਿਵਲ ਹੋਸਪਿਟਲ ਵਿੱਚ ਆਈਸੋਲੇਸ਼ਨ ਵਾਰਡ ਵੱਖਰੀ ਬਣਾਈ ਗਈ ਹੈ, ਜਿਸ ਵਿੱਚ ਸਾਰੇ ਪੁਖਤਾ ਪ੍ਰਬੰਧ ਤੁਸੀਂ ਦੇਖ ਸਕਦੇ ਹੋ। ਅਸੀਂ ਮੱਛਰਦਾਨੀਆਂ ਆਈਸੋਲੇਸ਼ਨ, ਪੂਰੀ ਪੇਸ਼ੈਂਟ ਦੀ ਆਈਸੋਲੇਸ਼ਨ ਕੀਤੀ ਹੋਈ ਹੈ ਅਤੇ ਇਸ ਦਾ ਇਲਾਜ ਬਿਲਕੁਲ ਫ੍ਰੀ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਰਿਪੋਰਟ।